ਸਤਿ ਸ੍ਰੀ ਅਕਾਲ ਦੋਸਤੋ, ਮੈਂ ਹਾਂ ਕਮਲਦੀਪ ਸਿੰਘ ਔਜਲਾ, ਤੁਹਾਡਾ ਨਿਊਟ੍ਰੀਸ਼ਨਿਸਟ ਫਰੋਮ ਈਰੂਡਾਈਟ ਨਿਊਟ੍ਰੀਸ਼ਨ। ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਦਾਲਾਂ ਬਾਰੇ। ਜੀ ਹਾਂ, ਦਾਲਾਂ ਦਾ ਗਰੁੱਪ ਜੋ ਕਿ ਸਾਡੀ ਡਾਇਬਟੀਜ਼ ਦੀ ਪ੍ਰੋਬਲਮ ਵਾਸਤੇ ਬਿਲਕੁਲ ਸੇਫ ਮੰਨਿਆ ਜਾਂਦਾ ਹੈ, ਜਿਹਦੇ ਵਿੱਚ ਖਾਣ 'ਚ ਕੋਈ ਦਿੱਕਤ ਨਹੀਂ ਹੈ ਅਤੇ ਸਾਡਾ ਕੋਈ ਦਾਲਾਂ ਦਾ ਪਰਹੇਜ ਵੀ ਨਹੀਂ ਹੈ। ਠੀਕ ਹੈ, ਡਾਇਬਟਿਕ ਪੇਸ਼ੈਂਟ ਜਿਹੜਾ ਹੈ ਉਹ ਸਾਰੇ ਤਰ੍ਹਾਂ ਦੀਆਂ ਦਾਲਾਂ ਨੂੰ ਖਾ ਸਕਦਾ ਹੈ, ਬਲਕਿ ਮੈਂ ਤਾਂ ਤੁਹਾਨੂੰ ਇਹ ਸੁਜੈਸਟ ਕਰੂੰਗਾ ਕਿ ਜ਼ਿਆਦਾ ਰੋਟੀਆਂ ਖਾਣ ਦੀ ਬਜਾਏ, ਜ਼ਿਆਦਾ ਚਾਵਲ ਖਾਣ ਦੀ ਬਜਾਏ, ਜਾਂ ਜੇ ਤੁਸੀਂ ਚਾਹੇ ਜੌਂ ਬਾਜਰੇ ਦੀ ਵੀ ਰੋਟੀ ਖਾ ਰਹੇ ਹੋ, ਜਾਂ ਜੇ ਤੁਸੀਂ ਬਰਾਊਨ ਰਾਈਸ ਵੀ ਖਾ ਰਹੇ ਹੋ, ਫਿਰ ਵੀ ਦਾਲਾਂ ਦੀ ਮਾਤਰਾ ਰੋਟੀ ਨਾਲੋਂ ਜ਼ਿਆਦਾ ਖਾਓ, ਕਿਉਂਕਿ ਨਾ ਸਿਰਫ ਦਾਲਾਂ ਦੇ ਵਿੱਚ ਕੰਪਲੈਕਸ ਕਾਰਬੋਹਾਈਡਰੇਟ ਹੁੰਦਾ ਆ ਜੋ ਕਿ ਸਾਡੀ ਸ਼ੂਗਰਸ ਨੂੰ ਸਟੇਬਲ ਰੱਖੂਗਾ, ਬਲਕਿ ਅੱਛਾ ਫਾਈਬਰ ਕੰਟੈਂਟ ਵੀ ਦਾਲਾਂ 'ਚ ਹੁੰਦਾ ਆ। ਠੀਕ ਹੈ, ਅਤੇ ਇਸ ਤੋਂ ਇਲਾਵਾ ਦਾਲਾਂ ਵੈਜੀਟੇਰੀਅਨਸ ਵਾਸਤੇ ਸਭ ਤੋਂ ਵਧੀਆ ਸੋਰਸ ਹੈ ਪ੍ਰੋਟੀਨ ਦਾ। ਹੁਣ ਇੱਕ ਰੋਟੀ ਦੇ ਵਿੱਚ ਤੁਹਾਨੂੰ 2 ਗ੍ਰਾਮ ਪ੍ਰੋਟੀਨ ਸਿਰਫ ਮਿਲਣਾ ਆ, ਠੀਕ ਹੈ, ਅਤੇ ਲੇਕਿਨ ਇੱਕ ਕਟੋਰੀ ਦਾਲ ਦੇ ਵਿੱਚ ਤੁਹਾਨੂੰ 7 ਗ੍ਰਾਮ ਪ੍ਰੋਟੀਨ ਤੱਕ ਮਿਲ ਜਾਣਾ, ਯਾਨੀ ਕਿ ਅਨਾਜ ਦੇ ਮੁਕਾਬਲੇ ਦਾਲਾਂ ਵਿੱਚ 3.5 ਗੁਣਾ ਜ਼ਿਆਦਾ ਪ੍ਰੋਟੀਨ ਹੁੰਦਾ ਹੈ। ਠੀਕ ਹੈ, ਸੋ ਜੇ ਤੁਸੀਂ 1 ਕੌਲੀ ਦਾਲ ਨਾਲ 3 ਰੋਟੀਆਂ ਖਾਂਦੇ ਆ, ਤੇ ਯਕੀਨ ਕਰੋ ਤੁਸੀਂ ਆਪਣਾ ਪੇਟ ਜਿਹੜਾ ਹੈ ਉਹ ਅਨਾਜ ਨਾਲ ਭਰਦੇ ਪਏ ਆ, ਤੁਸੀਂ ਇੱਕ ਅੱਛੀ ਮੀਲ ਨਹੀਂ ਲੈ ਰਹੇ, ਉਹਨੂੰ ਬੈਲੈਂਸ ਆਊਟ ਕਰੋ। ਠੀਕ ਹੈ, 1.5 ਰੋਟੀ ਦੇ ਨਾਲ 2 ਕੌਲੀਆਂ ਦਾਲ ਦੀਆਂ ਲਓ, ਉਹਦੇ ਨਾਲ ਤੁਹਾਡੀ ਪ੍ਰੋਟੀਨ ਇਨਟੇਕ ਜਿਹੜੀ ਹੈ ਉਹ ਨੈਚੁਰਲੀ ਇਨਕਰੀਜ਼ ਹੋ ਜਾਏਗੀ। ਠੀਕ ਹੈ, ਦਾਲਾਂ ਬਣਾਉਣ ਦੇ ਵਿੱਚ ਇੱਕ ਅੜਚਨ ਜਿਹੜੀ ਹੈ ਸਾਨੂੰ ਹਮੇਸ਼ਾ ਆਉਂਦੀ ਹੈ, ਉਹ ਹੈ ਦਾਲਾਂ ਦਾ ਫਾਈਟਿਕ ਐਸਿਡ ਕੰਟੈਂਟ। ਉਹਨੂੰ ਫਾਈਟੇਟ ਵੀ ਕਹਿ ਦਿੰਦੇ ਆ, ਫਾਈਟਿਕ ਐਸਿਡ ਵੀ ਕਹਿੰਦੇ ਆ। ਫਾਈਟਿਕ ਐਸਿਡ ਕੁਦਰਤੀ ਤੌਰ ਦੇ ਉੱਪਰ ਦਾਲਾਂ ਦੇ ਵਿੱਚ ਪਾਇਆ ਜਾਂਦਾ ਹੈ। ਕਿਉਂ ਪਾਇਆ ਜਾਂਦਾ ਹੈ? ਕਿਉਂਕਿ ਕੁਦਰਤ ਨੇ ਦਾਲ ਦਾ ਜਿਹੜਾ ਬੀ ਹੈ, ਜਿਹੜੀ ਦਾਲ ਦਾ ਜਿਹੜਾ ਉਹ ਦਾਣਾ ਆ, ਉਹਨੂੰ ਬਚਾਉਣ ਵਾਸਤੇ ਐਨਵਾਇਰਮੈਂਟ ਤੋਂ ਜਾਂ ਦੂਜੇ ਹੋਰ ਜਾਨਵਰਾਂ ਤੋਂ ਬਚਾਉਣ ਵਾਸਤੇ ਆਹ ਫਾਈਟਿਕ ਐਸਿਡ ਕੰਟੈਂਟ ਜਿਹੜਾ ਉਹਦੇ ਵਿੱਚ ਪਾਇਆ ਹੋਇਆ ਆ। ਇਹ ਫਾਈਟਿਕ ਐਸਿਡ ਕੰਟੈਂਟ ਦਾਲਾਂ ਨੂੰ ਛੇਤੀ ਖਰਾਬ ਨਹੀਂ ਹੋਣ ਦਿੰਦਾ। ਹੁਣ ਅਸੀਂ ਵੀ ਆਪਣੇ ਘਰ ਦੇ ਵਿੱਚ ਕਈ ਵਾਰ ਦਾਲ ਖਰੀਦ ਕੇ ਲਿਆਉਂਦੇ ਆ ਤੇ ਕਈ ਕਈ ਮਹੀਨੇ ਅਸੀਂ ਉਹਨੂੰ ਡੱਬੇ 'ਚ ਪਾਈ ਰੱਖਦੇ ਹਾਂ, ਠੀਕ ਹੈ, ਲੇਕਿਨ ਉਹ ਦਾਲ ਸਾਡੀ ਖਰਾਬ ਨਹੀਂ ਹੁੰਦੀ। ਅਗਰ ਤੁਸੀਂ ਅੱਛਾ ਇੱਕ ਮੋਇਸਚਰ ਫਰੀ ਨਵੀਂ ਰਹਿਤ ਜਿਹੜਾ ਉਹਨੂੰ ਬਾਕਸ ਦੇ ਵਿੱਚ ਪਾ ਕੇ ਰੱਖੋ ਤੇ ਤੁਹਾਡੀ ਦਾਲ ਜਿਹੜੀ ਹੈ ਉਹ ਕਾਫੀ ਲੰਬੇ ਸਮੇਂ ਤੱਕ ਟਿਕ ਜਾਏਗੀ, ਤੁਹਾਨੂੰ ਫਰਿੱਜ 'ਚ ਰੱਖਣ ਦੀ ਵੀ ਲੋੜ ਨਹੀਂ ਹੈਗੀ। ਉਹ ਕਿਉਂ ਪੋਸੀਬਲ ਆ? ਕਿਉਂਕਿ ਉਹਦੇ 'ਚ ਫਾਈਟਿਕ ਐਸਿਡ, ਲੇਕਿਨ ਫਾਈਟਿਕ ਐਸਿਡ ਜਿਹੜਾ ਹੈ ਉਸ ਦਾਲ ਨੂੰ ਗਲਣ 'ਚ ਤੇ ਸਾਡੇ ਪੇਟ 'ਚ ਜਾ ਕੇ ਪਚਾਉਣ ਦੇ ਵਿੱਚ ਵੀ ਦਿੱਕਤ ਕਰਦਾ ਹੈ। ਸੋ ਅਸੀਂ ਫਾਈਟਿਕ ਐਸਿਡ ਵੀ ਘਟਾਉਣਾ ਹੈ ਦਾਲ ਦਾ। ਫਾਈਟਿਕ ਐਸਿਡ ਘਟਾਉਣ ਲਈ ਬਹੁਤ ਹੀ ਸੌਖਾ ਤਰੀਕਾ ਹੈ, ਹਮੇਸ਼ਾ ਇੱਕ ਆਪਣਾ ਘਰ ਦਾ ਰੂਲ ਬਣਾ ਲਓ ਕਿ ਹਮੇਸ਼ਾ ਦਾਲ ਬਣੇਗੀ ਤਾਂ ਉਹ ਪਾਣੀ 'ਚ ਭਿਗੋ ਕੇ ਹੀ ਬਣੇਗੀ, ਨਹੀਂ ਤੇ ਨਹੀਂ ਬਣੇਗੀ। ਠੀਕ ਹੈ, ਸਾਬਤ ਦਾਲ ਜਿਵੇਂ ਕਾਲੇ ਚਨੇ, ਰਾਜਮਾਂਹ, ਚਿੱਟੇ ਚਨੇ, ਇਹਨਾਂ ਨੂੰ ਅਸੀਂ 8 ਤੋਂ 10 ਘੰਟੇ ਤੱਕ ਪਾਣੀ 'ਚ ਭਿਗੋ ਕੇ ਰੱਖਣਾ ਹੈ, ਫਿਰ ਅਸੀਂ ਪਾਣੀ ਬਦਲ ਕੇ ਇਹਨੂੰ ਪਕਾਉਣਾ ਹੈ। ਠੀਕ ਹੈ ਜੀ, ਜਿਹੜਾ ਪਾਣੀ 'ਚ ਆਪਾਂ ਭਿਗੋ ਕੇ ਰੱਖਿਆ ਸੀ ਉਹ ਪਾਣੀ ਯੂਜ਼ ਨਹੀਂ ਕਰਾਂਗੇ, ਫਰੈਸ਼ ਪਾਣੀ ਯੂਜ਼ ਕਰਾਂਗੇ। ਇਸੇ ਤਰੀਕੇ ਅਗਰ ਅਸੀਂ ਬਰੀਕ ਦਾਲ, ਦਲੀਆਂ ਹੋਈਆਂ ਦਾਲਾਂ ਜਿਵੇਂ ਮੂੰਗੀ ਦੀ ਦਾਲ, ਮਸਰਾਂ ਦੀ ਦਾਲ ਜਾਂ ਧੋਤੇ ਮਾਂਹ ਦੀ ਦਾਲ, ਚਿੱਟੀ ਦਾਲ ਜਿਹੜੀ ਹੈ ਉਹ ਪਕਾਵਾਂਗੇ ਤੇ ਉਹਨੂੰ ਵੀ ਅਸੀਂ ਲੀਚ ਆਊਟ ਕਰਕੇ ਹੀ ਤਿਆਰ ਕਰਾਂਗੇ। 3 ਤੋਂ 4 ਘੰਟੇ ਜਿਹੜਾ ਹੈ ਪਾਣੀ 'ਚ ਭਿਗੋ ਕੇ, ਪਾਣੀ ਬਦਲ ਕੇ, ਫਰੈਸ਼ ਪਾਣੀ ਯੂਜ਼ ਕਰਕੇ ਹੀ ਆਪਾਂ ਆਪਣੀ ਦਾਲ ਨੂੰ ਪਕਾਵਾਂਗੇ। ਸੋ ਦੋਸਤੋ, ਦਾਲਾਂ ਨੂੰ ਭਿਗੋਣ ਦਾ ਬਹੁਤ ਵੱਡਾ ਫਾਇਦਾ ਇੱਕ ਤਾਂ ਇਹ ਹੈ ਵੀ ਸਾਡੀ ਡਾਈਜੈਸਟੀਬਿਲਿਟੀ ਹੁਣ ਇੰਪਰੂਵ ਹੋ ਗਈ ਹੈ। ਹੁਣ ਉਹ ਦਾਲ ਜਿਹੜੀ ਹੈ ਜਿਹੜੀ ਸਾਨੂੰ ਪੇਟ 'ਚ ਪ੍ਰੋਬਲਮ ਕਰਦੀ ਹੈ ਕਈ ਵਾਰ, ਕਈ ਲੋਕਾਂ ਨੂੰ ਕਾਲੇ ਚਨੇ ਜਾਂ ਰਾਜਮਾਂਹ ਖਾ ਕੇ ਗੈਸ ਵਗੈਰਾ ਦੀ ਪ੍ਰੋਬਲਮ ਹੋ ਜਾਂਦੀ ਹੈ, ਯਕੀਨ ਕਰੋ ਭਿਗੋ ਕੇ ਦਾਲਾਂ ਖਾਣੀਆਂ ਸ਼ੁਰੂ ਕਰੋ, ਬਹੁਤ ਹੱਦ ਤੱਕ ਇਹ ਚਾਂਸ ਹੈ ਵੀ ਤੁਹਾਨੂੰ ਪੇਟ ਦੀ ਪਰੇਸ਼ਾਨੀ ਦਾਲ ਖਾ ਕੇ ਨਹੀਂ ਹੋਏਗੀ। ਅਗਰ ਫਿਰ ਵੀ ਹੁੰਦੀ ਹੈ ਤਾਂ ਤੁਹਾਨੂੰ ਕੋਈ ਨਾ ਕੋਈ ਅਮਾਈਨੋ ਐਸਿਡ ਜਾਂ ਪ੍ਰੋਟੀਨ ਜਿਹੜਾ ਹੈ ਉਹਦੇ ਵਿੱਚੋਂ ਸੂਟ ਨਹੀਂ ਕਰਦਾ ਪਿਆ, ਤੁਸੀਂ ਉਸ ਦਾਲ ਨੂੰ ਖਾਣਾ ਬੰਦ ਕਰ ਦਿਓ। ਠੀਕ ਹੈ, ਅਗਰ ਹਰ ਵਾਰ ਉਹ ਦਾਲ ਖਾ ਕੇ ਤੁਹਾਨੂੰ ਦਿੱਕਤ ਹੋ ਰਹੀ ਹੈ, ਪਲੀਜ਼ ਉਸ ਦਾਲ ਨੂੰ ਖਾਣਾ ਬੰਦ ਕਰ ਦਿਓ। ਹੋਰ ਭਿਗੋਣ ਦੇ ਕੀ ਫਾਇਦੇ ਨੇ? ਦਾਲਾਂ ਭਿਗੋਣ ਦਾ ਫਾਇਦਾ ਇਹ ਆ ਵੀ ਵਾਈਟਾਮਿਨ ਸੀ ਕੰਟੈਂਟ ਜਿਹੜਾ ਆ ਉਹ ਅਪ ਚੱਲ ਜਾਂਦਾ ਹੈ, ਵਾਈਟਾਮਿਨ ਬੀ ਕੰਟੈਂਟ ਜਿਹੜਾ ਆ ਉਹ ਅਪ ਚੱਲ ਜਾਂਦਾ ਹੈ, ਦਾਲ ਜਿਹੜੀ ਹੈ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਸਾਡੀ ਬੋਡੀ 'ਚ ਅਬਜ਼ੋਰਬ ਹੋ ਰਹੀ ਹੈ। ਅਗਰ ਅਸੀਂ ਬਿਨਾਂ ਪਾਣੀ 'ਚ ਭਿਗੋ ਕੇ ਦਾਲ ਖਾਂਦੇ ਹਾਂ ਤੇ ਉਹ ਪੂਰੀ ਤਰ੍ਹਾਂ ਨਾਲ ਸਾਡੇ ਪੇਟ 'ਚ ਜਾ ਕੇ ਪਚ ਨਹੀਂ ਪਾਉਂਦੀ, ਕਿਉਂਕਿ ਫਾਈਟਿਕ ਐਸਿਡ ਹਾਈ ਹੁੰਦਾ, ਭਿਗੋਣ ਨਾਲ ਫਾਈਟਿਕ ਐਸਿਡ ਡਾਊਨ ਜਾਂਦਾ, ਸਾਨੂੰ ਉਸ ਦਾਲ ਦਾ ਪੂਰਾ ਬੈਨੀਫਿਟ ਮਿਲਦਾ ਹੈ। ਠੀਕ ਹੈ ਜੀ, ਸੋ ਦੋਸਤੋ, ਦਾਲਾਂ ਸਾਡੀ ਸ਼ੂਗਰ ਲਈ, ਬਲੱਡ ਸ਼ੂਗਰ ਲਈ ਬਹੁਤ ਵਧੀਆ ਚੀਜ਼ ਹੈ, ਉਹਨੂੰ ਸਟੇਬਲ ਰੱਖਦੀਆਂ। ਦਾਲਾਂ ਜ਼ਰੂਰ ਖਾਓ, ਉਬਲੀਆਂ ਹੋਈਆਂ ਦਾਲਾਂ ਨੂੰ ਸਲਾਦ ਦੇ ਰੂਪ ਦੇ ਵਿੱਚ ਵੀ ਜ਼ਰੂਰ ਖਾਓ। ਹੁਣ ਇੱਕ ਲਾਸਟ ਚੀਜ਼ ਜਿਹੜੀ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਹਾਂ, ਉਹਦੇ ਵਿੱਚ ਬਹੁਤ ਸਾਰੇ ਜਿਹੜੇ ਹੋਰ ਡਾਇਟੀਸ਼ੀਅਨ ਨੇ ਅਤੇ ਹੋਰ ਨਿਊਟ੍ਰੀਸ਼ਨਿਸਟ ਆ ਜਾਂ ਜਿਹੜੇ ਇੰਟਰਨੈਟ ਦੇ ਉੱਪਰ ਆਪਣੇ ਆਪ ਨੂੰ ਐਕਸਪਰਟ ਮੰਨੀ ਫਿਰਦੇ ਨੇ, ਬਹੁਤ ਸਾਰੇ ਲੋਕ ਤੁਹਾਨੂੰ ਸੋਇਆਬੀਨ ਦੀ ਦਾਲ ਜਾਂ ਸੋਇਆਬੀਨ ਦੀਆਂ ਵੜੀਆਂ, ਸੋਇਆ ਚੂਰਾ, ਸੋਇਆ ਪਨੀਰ, ਇਹ ਸਾਰੀਆਂ ਚੀਜ਼ਾਂ ਰੈਕਮੈਂਡ ਕਰਨਗੇ ਵੀ ਇਹ ਹਾਈ ਪ੍ਰੋਟੀਨ ਹੈ ਜੀ, ਵੈਜੀਟੇਰੀਅਨ ਪ੍ਰੋਟੀਨ ਆ, ਬਹੁਤ ਅੱਛਾ ਪ੍ਰੋਟੀਨ ਆ। ਲੇਕਿਨ
अगर मैं तुहानू एक रियलिटी दसा सोयाबीन बारे, सोयाबीन की खेती अमेरिका च शुरू की गई थी सूर पालन वाले वास्ते, जेडे लोग मझा गावां नू पालदे सीगे मीट वास्ते या मुर्गी पालन पोल्ट्री फार्म वाले, इन्हां वास्ते जेड़ा है सोयाबीन की दाल का जिहड़ा सीड हाइब्रिड वह तैयार किया गया सी, उहनू जेनेटिकली मॉडिफाई करके उहदे नाल लैब दे विच उहदे क्रोमोसोम उहदे डीएनए दे नाल हेरफेर करके ताकि उहदा प्रोटीन कंटेंट वधाया जाए। कोई भी ऐसी दाल साढ़े ग्रुप दे विच इंडिया च नहीं है कि जिस दाल दे विच फैट की मात्रा ज्यादा होवे, 1 to 1.5% फैट सिर्फ 100 ग्राम पिछे जिहड़ी है ना, 1 to 1.5 ग्राम फैट जिहड़ी उह दाल च हुंदी है, अदरवाइज दालां च फैट नहीं हुंदी। लेकिन जेनेटिकल मॉडिफाई जिहड़ी सोयाबीन दा जिहड़ा जिहड़ी दाल है ना हाइब्रिड, इहदे च 20 to 25% जिहड़ी है 20 to 25 ग्राम फैट तुहानू 100 ग्राम दे पिछे लभ जाएगी, ते प्रोटीन कंटेंट इन्ना ज्यादा है कि उह तुहाडी बॉडी च पूरा पचदा भी नहीं। सो खुद सोचो भी जिहड़ियां चीज़ां सूरां नूं मोटा तगड़ा करन वास्ते इजाद कीती गई सी उहदा इंसान दे उपर की असर पएगा। बहुत सारा झूठ ते गलत इनफॉर्मेशन सोया नूं हेल्दी कह के प्रमोट किया जाता है, लेकिन मैं बिल्कुल भी इहदे हक च नहीं हैगा। सोयाबीन का बनया होया कोई भी प्रोडक्ट तुसी नहीं यूज करना, अपनियां नॉर्मल बाकी सारियां दालां तुसी लै सकदे, उहनां च कोई मनाही नहीं हैगी, हमेशा दालों नूं भिगो के खाओ। सोयाबीन बारे इन फ्यूचर आप होर वीडियोज़ के गल करांगे, उहदे विच सोयाबीन नूं चंगी तरह आप डाइसैक्ट करके ते उहनूं असीं दफनावांगे, ठीक है, ते उहदे विच पूरी तरह आप गल करांगे भी सोयाबीन होर किन्ना किन्ना कारणां दे करके हानिकारक है साढ़े लिए, ठीक है जी। सो तद तक तुसीं अपनी दाल इंजॉय करो, ठीक है, उबलियां हुईयां दालां खाओ, चाहे दाल का सूप लो ते या रूटीन दे विच जिवें आप दाल पका के खाने खाओ, लेकिन हमेशा पानी च भिगो के ही दाल नूं तैयार करो, ठीक है। आप मिलांगे अगली वीडियो दे विच, ठीक है, उदों तक अपना ख्याल रखो, धन्यवाद।